ਪੰਜਾਬ ਦੇ ਵਿੱਚ ਭਾਰੀ بارش ਆਉਣ ਦੇ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋਏ ਕਿਤੇ ਘਰਾਂ ਦੇ ਵਿੱਚ ਪਾਣੀ ਵੜ ਗਏ ਅਤੇ ਕਿਤੇ ਘਰ ਹੀ ਡੇਗ ਗਏ ਕਿਤੇ ਸੜਕਾਂ ਦੇ ਉੱਤੇ ਪਾਣੀ ਆਉਣ ਦੇ ਕਰਕੇ ਰੋਡ ਬਲੌਕ ਹੋ ਗਈ ਕਿਤੇ ਸੜਕਾਂ ਹੀ ਤਸ ਗਈਆਂ ਪੰਜਾਬ ਦੇ ਵਿੱਚ ਭਾਰੀ بارش ਆਉਣ ਦੇ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋਏ ਕਿਤੇ ਘਰਾਂ ਦੇ ਵਿੱਚ ਪਾਣੀ ਵੜ ਗਏ ਅਤੇ ਕਿਤੇ ਘਰ ਹੀ ਟਹਿ ਗਏ ਕਿਤੇ ਸੜਕਾਂ ਦੇ ਉੱਤੇ ਪਾਣੀ ਆਉਣ ਦੇ ਕਰਕੇ ਰੋਡ ਬਲੌਕ ਹੋ ਗਏ ਤੇ ਕਿਤੇ ਸੜਕਾਂ ਹੀ ਤਸ ਗਈਆਂ ਕੁਝ ਇਹੋ ਜਿਹੀ ਦ੍ਰਿਸ਼ ਤੁਹਾਨੂੰ ਮੋਹਾਲੀ ਦੇ ਵਿੱਚ ਦਿਖਾਵਾਂਗੇ ਇਹ ਦ੍ਰਿਸ਼ ਤੁਹਾਨੂੰ ਡਰਾ ਦੇਗਾ ਕਿ ਆਖਿਰਕਾਰ ਐਨੇ ਵੱਡੇ ਪੱਧਰ ਤੇ ਸੜਕ ਕਿਵੇਂ ਤਸ ਗਈ ਪਾਣੀ ਆਉਣ ਦੇ ਕਰਕੇ ਇੱਥੇ ਜੋ 에어ਪੋਰਟ ਰੋਡ ਹੈਗੀ ਆ ਇਹ ਰੋਡ ਪੂਰੀ ਤਰੀਕੇ ਦੇ ਨਾਲ ਤਸ ਚੁੱਕੀ ਆ 82 A ਸੈਕਟਰ ਦੇ ਵਿੱਚ ਜਿੱਥੇ ਅਮਿਉਨਿਟੀ ਯੂਨੀਵਰਸਿਟੀ ਆ ਇਸ ਯੂਨੀਵਰਸਿਟੀ ਦੇ ਬਿਲਕੁਲ ਨਾਲ ਲੱਗਦਾ ਹਿੱਸਾ ਬਿਲਕੁਲ ਪਾਣੀ ਦੇ ਔਨ ਕਰਕੇ ਤਰ ਚੁਕਿਆ ਇਹ ਪੂਰਾ ਏਰੀਆ ਜਿੱਥੇ ਇਹ ਡੈਮੇਜ ਵੱਡੇ ਪੱਧਰ ਤੇ ਹੋਇਆ ਤਾਂ ਇਹ ਨੁਕਸਾਨ ਤੁਹਾਨੂੰ ਦਿਖਾ ਰਿਹਾ ਕਿੰਨੇ ਵੱਡੇ ਪੱਧਰ ਤੇ ਹੋਇਆ ਨਾਲ ਨਾਲ ਇਸ ਨੁਕਸਾਨ ਦੇ ਲਈ ਜ਼ਿੰਮੇਵਾਰ ਕੌਣ ਹੈਗਾ ਇਹ ਵੀ ਸਭ ਤੋਂ ਵੱਡੀ ਗੱਲ ਹੈਗੀ ਆ ਇਹ ਵੀ ਜਾਂਚ ਦਾ ਵਿਸ਼ਾ ਹੈਗਾ ਕਿ ਆਖਿਰਕਾਰ ਇਹ ਰੋਡ ਕਿੱਥੇ ਬਣਾਈ ਗਈ ਤੇ ਕਿਉਂ ਬਣਾਈ ਗਈ ਤਾ ਹੁਣ ਇਹ ਰੋਡ ਕਿਉਂ ਤਸਿਆ ਇਸ ਦੇ ਕਾਰਨ ਬਾਰੇ ਵੀ ਤੁਹਾਨੂੰ ਅਸੀਂ ਦੱਸ ਦਿੰਨੇ ਆ ਇਹ ਰੋਡ ਇਸ ਕਰਕੇ ਤਸ ਗਿਆ ਕਿਉਂਕਿ ਇਹ ਕੁਦਰਤੀ ਚੋਈ ਸੀਗੀ ਜਿਸ ਚੋਈ ਦੇ ਵਿੱਚ ਇਸ ਰੋਡ ਬਣਨ ਤੋਂ ਪਹਿਲਾਂ ਪਾਣੀ ਆਉਂਦਾ ਸੀਗਾ ਤਾਂ ਇਸ ਚੋਈ ਦਾ ਦ੍ਰਿਸ਼ ਵੀ ਤੁਹਾਨੂੰ ਦਿਖਾ ਦਿੰਨੇ ਆ ਕੈਮਰਾਮੈਨ ਤੁਲਸੀ ਨੂੰ ਕਹੂੰਗਾ ਕਿ ਜਰੂਰ ਇਸ ਚੋਈ ਦਾ ਦ੍ਰਿਸ਼ ਦਿਖਾ ਦਿਓ ਸਾਹਮਣੇ ਪਾਣੀ ਇਸ ਕੁਦਰਤੀ ਚੋਈ ਦੇ ਵਿੱਚ ਆਉਂਦਾ ਸੀ ਤੇ ਇਸ ਚੋਈ ਨੂੰ ਬੰਦ ਕਰਕੇ ਇੱਥੇ ਸੜਕ ਬਣਾ ਦਿੱਤੀ ਗਈ ਅਤੇ ਥੱਲੇ ਸੀਵਰ ਪਾ ਦਿੱਤਾ ਗਿਆ ਤਾ ਇਹ ਚੋਈ ਜਦੋਂ ਬੰਦ ਹੋਈ ਤਾਂ ਉਸ ਤੋਂ ਵੱਧ ਪਾਣੀ ਦਾ ਕੋਈ ਰਸਤਾ ਬਚਿਆ ਨਹੀਂ ਲੇਕਿਨ ਜਦੋਂ ਭਾਰੀ ਵੀ ਆਇਆ ਜਦੋਂ ਬਹੁਤ ਵੱਡੀ ਆਫਤ ਆਈ ਪੰਜਾਬ ਦੇ ਵਿੱਚ ਤਾਂ ਪਾਣੀ ਨੇ ਆਪਣਾ ਰਸਤਾ ਬਣਾ ਲਿਆ ਜਿਹੜੇ ਰਸਤੇ ਤੋਂ ਪਹਿਲਾਂ ਜਾਂਦਾ ਸੀ ਯਾਨੀ ਕਿ ਉਸੇ ਚੋਈ ਦੇ ਵਿੱਚੋਂ ਪਾਣੀ ਨੇ ਆਪਣਾ ਰਸਤਾ ਬਣਾ ਲਿਆ ਪਾਣੀ ਕਦੇ ਆਪਣੇ ਰਸਤੇ ਨਹੀਂ ਛੱਡਦੇ ਪਾਣੀ ਆਪਣੇ ਰਸਤੇ ਆਪ ਬਣਾ ਲੈਂਦੇ ਨੇ ਜਦੋਂ ਵੱਡੇ ਪੱਧਰ ਤੇ ਹੜ੍ਹ ਆਉਂਦੇ ਨੇ ਤਾਂ ਹੜ੍ਹ ਕਦੇ ਵਿੱਚ ਆਉਣ ਵਾਲੀ ਕੋਈ ਚੀਜ਼ ਨਹੀਂ ਦੇਖਦੇ ਚਾਹੇ ਉਹ ਘਰ ਹੋਣ ਕੋਠੀਆਂ ਹੋਣ ਮਹਿਲ ਮਾੜੀਆਂ ਹੋਣ ਤਾਂ ਇਹ ਦ੍ਰਿਸ਼ਾ ਇਹ ਇੱਕ ਬੇਹਤ ਜ਼ਿਆਦਾ ਡਾਉਣ ਵਾਲਾ ਦ੍ਰਿਸ਼ ਵੀ ਆ ਕਿ ਐਡੇ ਵੱਡੇ ਪੱਧਰ ਤੇ ਸੜਕ ਕਿਵੇਂ ਤਸ ਚੁੱਕੀ ਆ ਤਾਂ ਵਿੱਚ ਦੇਖੋ ਸੀਵਰੇਜ ਪਿਆ ਹੋਇਆ ਸੀਗਾ ਤਾਂ ਸੀਵਰੇਜ ਦੀ ਨਾਲ ਹੀ ਇਸ ਪਾਣੀ ਤੇ ਰੁੜ ਗਿਆ ਤਾਂ ਇੰਨੇ ਵੱਡੇ ਪੱਧਰ ਤੇ ਨੁਕਸਾਨ 82 ਇਹ ਸੈਕਟਰ ਦੇ ਵਿੱਚ ਹੋਇਆ ਤਾਂ ਇਸ ਦੇ ਲਈ ਜ਼ਿੰਮੇਦਾਰ ਕੌਣ ਹੈ ਹੁਣ ਸਭ ਤੋਂ ਵੱਡਾ ਜਾਂਚ ਦਾ ਵਿਸ਼ਾ ਹੈਗਾ ਕਿ ਆਖਰਕਾਰ ਸੜਕ ਬਣਾਉਣ ਦੇ ਸਮੇਂ ਜੀ ਪ੍ਰਸ਼ਾਸਨ ਨੇ ਖੁਦ ਨਜ਼ਰ ਨਹੀਂ ਰੱਖੀ ਕਿ ਸਾਰਾ ਕੁਝ ਠੇਕੇਦਾਰ ਤੇ ਹੀ ਛੱਡਤਾ ਠੇਕੇਦਾਰ ਨੇ ਜਿਵੇਂ ਜੋ ਪਾਇਆ ਜੋ ਮਟੀਰੀਅਲ ਪਾਇਆ ਉਸ ਨੂੰ ਜੋ ਪ੍ਰਸ਼ਾਸਨ ਨੇ ਇਸੇ ਤਰੀਕੇ ਦੇ ਨਾਲ ਓਕੇ ਰਿਪੋਰਟ ਦੇ ਦਿੱਤੀ ਇਹ तमाम ਚੀਜ਼ਾਂ ਹਰ ਤਰ੍ਹਾਂ ਜਾਂਚ ਰਵਿਸ਼ ਆ ਗਈਆਂ ਲੇਕਿਨ ਹਾਲ ਫਿਲਾਲ ਵੱਡੇ ਪੱਧਰ ਤੇ ਨੁਕਸਾਨ ਜ਼ਰੂਰ ਹੋਇਆ ਖੁਦਾ ਨਾ ਖਾਸਾ ਅਗਰ ਇਸ ਰੋਡ ਦੇ ਉੱਤੇ ਜਦੋਂ ਇਹ ਸੜਕ ਤਸੀਆ ਕੋਈ ਗੱਡੀ ਹੁੰਦੀ ਗੱਡੀਆਂ ਜਾ ਰਹੀਆਂ ਹੁੰਦੀਆਂ ਤਾਂ ਉਦੋਂ ਕੀ ਹਾਲ ਹੁੰਦਾ ਕੀ ਮੰਜ਼ਰ ਹੁੰਦਾ ਇਹ ਵੀ ਅਸੀਂ ਸਹੀ ਅੰਦਾਜ਼ਾ ਲਗਾ ਸਕਦੇ ਹਾਂ ਤਾਂ ਇਹ ਹਾਲਾਤ ਨੇ ਮੁਹਾਲੀ ਜਿਹਨੂੰ ਡਿਵੈਲਪਡ ਸਿਟੀ ਕਿਹਾ ਜਾਂਦਾ ਹੈ ਪਲਾਨਡ ਸਿਟੀ ਕਿਹਾ ਜਾਂਦਾ ਹੈ ਤਾਂ ਇਸ ਸਿਟੀ ਦਾ ਹਾਲ ਕੀ ਹੈ ਤੁਸੀਂ ਖੁਦ ਹੀ ਦੇਖ ਲਓ ਆਪਣੀਆਂ ਨਜ਼ਰਾਂ ਨਾਲ ਅਮਿਟੀ ਯੂਨੀਵਰਸਿਟੀ ਇਸ ਨੂੰ ਵੀ ਜਿਹੜਾ ਖਤਰਾ ਹੋ ਸਕਦਾ ਹੈ ਕਿਉਂਕਿ ਇਹ ਵੇਦੇ ਬਿਲਕੁਲ ਨਾਲ ਲੱਗਦੀ ਹੈ ਦੀ ਕੰਧ ਬਿਲਕੁਲ ਨਾਲ ਲੱਗਦੀ ਆ ਜਿੱਥੇ ਇਹ ਰੋਡ ਪੂਰੀ ਤਰੀਕੇ ਨਾਲ ਡੈਮੇਜ ਹੋਈ ਆ ਤਾਂ ਇਹ ਹਾਲਾਤ ਬਣ ਗਏ ਨੇ ਇੱਥੇ ਹਾਲਾਂਕਿ ਇਸ ਨੂੰ ਦੁਬਾਰਾ ਬਣਾਉਣ ਦਾ ਕੰਮ ਸ਼ਾਇਦ ਪ੍ਰਸ਼ਾਸਨ ਸ਼ੁਰੂ ਕਰੇ ਸ਼ਾਇਦ ਇਸ ਤੇ ਜਾਂਚ ਵੀ ਹੋਵੇ ਕਿ ਇਹ ਕਾਰਨ ਕੀ ਰਹੇ ਨੇ ਇੱਥੇ ਚੋਈ ਨੂੰ ਕਿਉਂ ਬੰਦ ਕੀਤਾ ਗਿਆ ਕਿ ਇਸ ਚੋਈ ਦੀ ਜਗ੍ਹਾ ਤੇ ਕੁਝ ਸਾਈਡ ਤੇ ਸੜਕ ਕੱਢੀ ਜਾ ਸਕਦੀ ਸੀਗੀ ਇਹ तमाम ਚੀਜ਼ਾਂ ਹਾਲੇ ਤੱਕਰ ਜਾਂਚ ਦਾ ਵਿਸ਼ਾ ਨਹੀਂ ਲੇਕਿਨ ਹਾਲ ਫਿਲਹਾਲ ਨੁਕਸਾਨ ਇੱਕ ਵੱਡਾ ਜ਼ਰੂਰ ਹੋ ਚੁੱਕਿਆ ਹਾਲਾਂਕਿ ਜਾਨੀਮਾਲੀ ਨੁਕਸਾਨ ਕੋਈ ਨਹੀਂ ਹੋਇਆ ਇਹ ਸੜਕ ਹੀ ਤਾਂ ਸੀ ਆ ਰੱਬ ਦੀ ਇਹ ਮਿਹਰ ਰਹੀ ਕਿ ਇੱਥੇ ਸੜਕ ਦੇ ਉੱਤੇ ਉਸ ਸਮੇਂ ਕੋਈ ਵਹੀਕਲ ਨਹੀਂ ਸੀਗਾ ਜਦੋਂ ਇਹ ਸੜਕ ਪੂਰੇ ਤਰੀਕੇ ਨਾਲ ਤਸੀ ਤਾਂ ਇਹ ਹਾਲਾਤ ਨੇ ਇਹ ਹਾਲਾਤ ਨੇ ਸਾਡੇ ਇੱਕ ਸਿਸਟਮ ਦੇ ਕੀ ਸਿਸਟਮ ਦੇ ਵਿੱਚ ਕਿਵੇਂ ਡਵੈਲਪਮੈਂਟ ਹੁੰਦੀ ਆ ਸੜਕਾਂ ਕਿਵੇਂ ਬਣਾਈਆਂ ਜਾਂਦੀਆਂ ਤਾਂ ਕੀ ਦੇਖਿਆ ਜਾਂਦਾ ਇਹ तमाम ਚੀਜ਼ਾਂ ਜਿਹੜੀ ਹੈਗੀਆਂ ਅਸੀਂ ਸੱਚ ਜੰਦਾ ਜਲਗਾ ਸਕਦੇ ਹਾਂ ਕੀ ਹਾਲਾਤ ਕੀ ਹੋਣਗੇ ਤਾਂ ਬੇਹਤ ਜ਼ਿਆਦਾ ਰਿਸਕ ਦੀ ਜਗ੍ਹਾ ਇਹ ਬਣ ਚੁੱਕੀ ਆ ਹੁਣ ਤਾਂ ਇਹ ਹਾਲਾਤ ਨਹੀਂ ਹਾਲਾਂਕਿ ਇਹ ਸੜਕ ਨੂੰ ਹੁਣ ਦੁਬਾਰਾ ਬਣਾਉਣ ਦਾ ਵੀ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋਏਗਾ ਸ਼ਾਇਦ ਇਸ ਜਗ੍ਹਾ ਨੂੰ ਛੱਡ ਕੇ ਕਿਉਂਕਿ ਇਹ ਪੂਰਾ ਚੌਕ ਹੈਗਾ ਚੌਂਕ ਦੇ ਨਾਲ ਇਹ ਸੜਕ ਜਿਹੜੀ ਘੁੰਮਦੀ ਸੀਗੀ ਤਾਂ ਪੂਰੀ ਤਰੀਕੇ ਨਾਲ ਇਹ ਸੜਕ ਤਸ ਚੁੱਕੀ ਆ ਤਾਂ ਸ਼ਾਇਦ ਇਹ ਸੜਕ ਹੁਣ ਦੁਬਾਰਾ ਬਣੇ ਲੇਕਿਨ ਹਾਲ ਫਿਲਹਾਲ ਇਹ ਜ਼ਰੂਰ ਹੈ ਕਿ ਜੋ ਭਾਰੀ ਬਾਰਿਸ਼ ਹੈਗੀ ਆ ਜਾਂ ਫਿਰ ਹੜ੍ਹਾਂ ਦਾ ਪਾਣੀ ਹੈਗਾ ਉਹਨਾਂ ਨੇ ਪੰਜਾਬ ਦੇ ਵਿੱਚ ਕੋਹਰਾ ਮਚਾਇਆ ਹੋਇਆ ਤਾਂ ਇਹ ਹਾਲਾਤ ਨੇ ਇਸ ਸਮੇਂ ਮੁਹਾਲੀ ਦੇ 82 ਸੈਕਟਰ ਤੇ ਕੈਮਰਾਮੈਨ ਤੁਲਸੀ ਮਹਿਰਾ ਦਿਨ ਅਰਵਿੰਦਰ ਵੀ ਪੀਟੀਸੀ ਨਿਊਜ਼ ਮੁਹਾਲੀ